हाँ जी, सत श्रीकाल जी सारिया नूं। रिया फार्म यूट्यूब चैनल ते तुहाडा स्वागत है जी। किसान वीर, अज दी जिहड़ी आपां वीडियो बना रहे हैं, पिंड कोटला डूम, तहसील लोपोके ते जिला दोस्तो अमृतसर। अज दी वीडियो दे विच तुहानूं चार सूईयां गावां दिखावांगे ते एक जिहड़ी गबन दिखाउणी है ते एक जिहड़ी बिल्कुल ताज़ी सूई जर्सी तुहानूं दिखावांगे। ते आओ हुण वीर जी उहनां नाल गल्लबात करदे हां ते उहनां तों पुछ लैंदे बारे सारी डिटेल। हाँ जी वीर जी, सत श्रीकाल जी। होर सुना वीर जी, की हाल चाल जी? वधिया जी वधिया। होर विकी जांदे पशु फिर? अच्छा, वधिया रिजल्ट मिलन दिया जी। फिर किन्ने क फोन फान आ जांदे? फोन ते वेखो इधर पशु तो उधर ही वेख जांदे, चाहे अगले दिन वेख जांदे, फोन ते 10-10 दिन तक भी आउंदे रहिंदे आ जी। अच्छा जी, ਠੀਕ ਹੈ। ਬਾਕੀ ਇਹ ਵੀ ਬਹੁਤ ਵਧੀਆ ਮਜ਼ਾ ਆਉਂਦਾ ਵੇਚਣ ਦਾ, ਮਾਲ ਦਾ ਟੇਸਟ। ਹਾਂਜੀ, ਉਹ ਹੀ ਆ ਨਾ, ਫਿਰ ਪਸ਼ੂ ਚੰਗਾ ਹੋਵੇ ਤੇ ਉਹਦੇ ਵਿਕਣਾ ਹੀ ਆ, ਤੇ ਰੇਟ ਵੀ ਸਹੀ ਹੋਵੇ। ਰੇਟ ਵੀ ਸਹੀ, ਪਸ਼ੂ ਦੇ ਹਿਸਾਬ ਨਾਲ ਜਿੱਦਾਂ ਵੀ ਪਿੱਛੋਂ ਪਸ਼ੂ ਹਿਸਾਬ ਦਾ ਮਿਲ ਜਾਏ, ਗਾੜੀ ਵੀ ਰੇਟ ਹਿਸਾਬ ਨਾਲ ਰੱਖੇ ਨਾ। ਠੀਕ ਹੈ ਜੀ। ਜੇ ਪਿੱਛੇ ਹਿਸਾਬ ਦਾ ਮਿਲਿਆ ਗਾੜੀ, ਅਸੀਂ ਆਖਦੀ ਵੀ 10-10 ਹਜ਼ਾਰ ਕਮਾਈ, ਉਹ ਤੇ ਗੱਲ ਨਹੀਂ ਆ। ਤੇ ਅੱਜ ਫਿਰ ਰੇਟ ਹਿਸਾਬ ਦੇ ਕਰਨੇ ਫਿਰ? ਬਿਲਕੁਲ ਹਿਸਾਬ ਦੇ ਲੈਣ ਦੇ ਨਾਲੇ ਬਸ। ਠੀਕ ਹੈ ਜੀ, ਨਾਮ ਦੱਸ ਦਿਓ ਕਰੀ ਆਪਣਾ। ਨਾਮ ਸਾਹਿਬ ਸਿੰਘ ਜੀ। ਹਾਂਜੀ, ਤੇ ਐਡਰੈਸ ਵੀ ਦੱਸ ਦਿਓ। ਐਡਰੈਸ ਜ਼ਿਲ੍ਹਾ ਅੰਮ੍ਰਿਤਸਰ ਜੀ। ਹਾਂਜੀ। ਤੇ ਆਪਣਾ ਪਿੰਡ ਕੋਟਲਾ ਡੂਮ ਜੀ। ਠੀਕ ਹੈ। ਹਾਂਜੀ, ਤੇ ਤਹਿਸੀਲ ਲੋਪੋਕੇ ਹੈ ਨਾ? ਤਹਿਸੀਲ ਲੋਪੋਕੇ ਜੀ। ਠੀਕ ਹੈ, ਤੇ ਫੋਨ ਨੰਬਰ ਬੋਲ ਦੇ ਕਰੀ ਆਪਣਾ। ਫੋਨ ਨੰਬਰ ਹੈ 97812। ਹਾਂਜੀ, 28722। ਠੀਕ ਹੈ ਜੀ, ਤੇ ਅੱਜ ਫਿਰ ਪੰਜ ਗਾਵਾਂ ਵਿਕਾਊ ਕੀਤੀਆਂ ਜੀ। ਹਾਂਜੀ ਹਾਂਜੀ। ਠੀਕ ਹੈ ਜੀ, ਬਾਕੀ ਲਗਭਗ ਸਾਰੀਆਂ ਜਰਸੀਆਂ ਹੀ ਆ, ਤੇ ਇੱਕ ਥੋੜੀ ਜਿਹੜੀ ਅਲੱਗ ਜੀ ਆ ਗਈ ਆ, ਇਹਦੀ ਡਿਟੇਲ ਆਪਾਂ ਜਿਹੜੀ ਵੀਰ ਤੋਂ ਪਹਿਲਾਂ ਪੁੱਛ ਲੈਂਦੇ ਹਾਂ। ਕਿੰਨਵਾਂ ਸੂਆ ਸੂਈ ਆ ਵੀਰ ਜੀ? ਕਿੰਨਾ ਕੁ ਬੋਲਾ ਫਿਰ ਹੁਣ ਇਹਦੇ ਕੋਲੇ? ਇਹਦੇ ਥੱਲੇ ਬੋਲਾ 10 ਲੀਟਰ ਤੋਂ ਬਾਹਰ ਹੀ ਆ ਜੀ। ਅੱਛਾ ਜੀ, ਤੇ ਉਸ ਤਰ੍ਹਾਂ ਦੁੱਧ ਕਿੰਨਾ ਕੁ ਕਰ ਜੂਗੀ? ਦੁੱਧ ਇਹਨੇ 15 ਤੋਂ ਪਲੱਸ ਹੀ ਕਰਨਾ। 15 ਤੋਂ ਪਲੱਸ ਕਰ ਜੂਗੀ? ਠੀਕ ਹੈ ਜੀ, ਲਿਆ ਖੋਲੋ ਵੀਰ ਜੀ, ਫਿਰ ਇਹਨੂੰ ਤੋੜ ਕੇ ਵਿਖਾਈਏ ਆਪਾਂ। ਹਾਂਜੀ ਹਾਂਜੀ, ਤੋੜ ਦਿਓ, ਲੈ ਜਾਓ ਜੀ। ਰੰਗ ਇਹਦਾ ਵੀਰ ਜੀ ਬੜਾ ਅਲੱਗ ਜਿਹਾ ਆ ਗਿਆ। ਹਵਾਨਾ ਜਿਹੜਾ ਇਹਦਾ ਤੁਸੀਂ ਦੇਖ ਸਕਦੇ ਜੀ, ਸੁਬਾਹ ਵੀਰ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਦੂਸਰਾ। ਤੇ ਥਣ ਥੁਣ ਜਿਹੜਾ ਚੰਗਾ ਸੋਹਣਾ ਲੱਗਾ, ਥਣਾਂ ਦਾ ਸਾਈਜ਼ ਜਿਹੜਾ ਤੁਸੀਂ ਦੇਖ ਸਕਦੇ ਜੀ। ਉਹ ਇਹਦਾ ਜਿਹੜਾ ਮੁੱਲ ਆ ਹੁਣ ਆਪਾਂ ਵੀਰ ਜੀ ਉਹਨਾਂ ਤੋਂ ਪੁੱਛਦੇ ਹਾਂ। ਹਾਂਜੀ ਵੀਰ ਜੀ, ਜਿਹੜੀ ਫਿਰ ਆਪਾਂ ਪਹਿਲੇ ਨੰਬਰ 'ਤੇ ਗਾਂ ਦਿਖਾਈ ਆ, ਕੀ ਮੁੱਲ ਕਰਨਾ ਜਿਹਦਾ? ਮੁੱਲ ਵੀਰ ਜੀ ਜਿੰਨਾ ਮਰਜ਼ੀ ਕਰੀਏ, ਮੁੱਲ ਭਾਵੇਂ 40 ਕਰੀਏ, ਜਿੰਨਾ ਮਰਜ਼ੀ, 35,000 ਤੋਂ ਮਾਨਤ ਕਰਦਾ। 35 'ਚ ਮਾਨਤਨ ਕਰ ਦੋ। ਤੇ ਦੁੱਧ ਕਰ ਜਾਓ 15 ਲੀਟਰ ਦਾ ਪਲੱਸ। ਆਰਾਮ ਨਾਲ ਕਰਨਾ ਜੀ, 10 ਲੀਟਰ ਬੋਲਾ ਦੇ ਆਂਟੀ, 15 ਤੇ ਕਿਤੇ ਕਰਨਾ ਹੀ ਕਰਨਾ ਨਾ। ਠੀਕ ਹੈ ਜੀ, ਬਾਕੀ ਥੋੜਾ ਮੌਸਮ ਦੇ ਹਿਸਾਬ ਨਾਲ, ਗਰਮੀ ਹੈ ਦੇ। ਹਾਂਜੀ, ਗਾਹ ਮੀਆਂ ਮੂਆਂ ਬਾਰਿਸ਼ਾਂ ਹੋਣਗੀਆਂ ਤੇ ਉਦੋਂ ਜ਼ਿਆਦਾ ਉਸ ਹਿਸਾਬ ਨਾਲ ਕਰ ਪਾਇਦਾ ਦੁੱਧ। ਠੀਕ ਹੈ ਜੀ, ਤੇ ਵੀਰ ਜੀ ਜਿਹੜੀ ਦੂਸਰੇ ਨੰਬਰ ਤੇ ਜਰਸੀ ਹੁਣੇ ਸੂਈ ਆ, ਕਿੰਨਵਾਂ ਸੂਆ ਸੂਈ ਆ ਇਹ? ਵੀਰ ਜੀ ਦੂਸਰਾ ਸੂਆ ਸੂਈ ਜੇ। ਹਾਂਜੀ, ਤੇ ਸਫ਼ਰ ਨਾਲ ਸੁੱਤੀ ਹਲੇ, 3 ਵੈੜਾਂ ਹੁਣੇ ਲਾਈਆਂ ਧਰ ਤੋਂ ਪਹਿਲਾਂ। ਅੱਛਾ ਜੀ, ਤੇ ਥੋੜਾ ਸਫ਼ਰ ਦੇ ਨਾਲ ਜ਼ਿਆਦੇ ਨਾਲ ਸੁੱਤੀ ਆ, ਉਹਨਾਂ ਨਾਲ ਸੁੰਦੀ ਨਹੀਂ ਸੀ ਵੈਸੇ। ਅੱਛਾ, ਮਤਲਬ ਪਹਿਲਾਂ ਸੋਪੀ 4-5 ਦਿਨ, ਕੋਈ 2-4 ਦਿਨ, ਚਲੋ ਐਡੀ ਵੱਡੀ ਗੱਲ ਨਹੀਂ ਆ, ਬਾਈਆਂ ਦਾ ਬਣ ਜਾਣਾ ਬਹੁਤ ਵਧੀਆ ਨੇ। ਠੀਕ ਹੈ, ਅੱਛਾ ਮਤਲਬ ਬਣ ਜਾਊਗੀ ਉਸ ਤਰ੍ਹਾਂ ਫਿਰ। ਠੀਕ ਹੈ ਜੀ, ਤੇ ਬੱਚਾ ਕੀ ਆ ਗਿਆ ਇਹਦੇ ਮਗਰ? ਇਹਦੇ ਮਗਰ ਵੱਛਾ ਆਇਆ ਜੀ। ਮਗਰ ਵੱਛਾ ਆ ਗਿਆ, ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋਇਆ ਹਲੇ? ਸੂਈ ਨੂੰ ਤਾਂ ਹਲੇ ਸਿਰਫ ਘੰਟਾ ਇੱਕ ਹੀ ਆਇਆ ਜੀ। 1 ਘੰਟਾ ਹੋਇਆ। ਠੀਕ ਹੈ ਜੀ, ਤੇ ਦੁੱਧ ਕਿੰਨਾ ਕੁ ਕਰ ਜੂਗੀ? ਦੁੱਧ ਦਿੱਤੀ ਹੈ 13-14 ਲੀਟਰ ਤੇ ਆਰਾਮ ਨਾਲ ਕਰੂਗੀ ਨਾ। ਠੀਕ ਹੈ, ਲਿਆ ਖੋਲੋ ਜੀ। 13-14 ਲੀਟਰ ਦੁੱਧ ਵੀਰ ਜੀ ਹੁਣੀ ਕਹਿੰਦੇ ਕਿ ਇਹ ਕਰੂਗੀ ਬੜੇ ਰਮਾਨ ਦੇ ਨਾਲ। ਬਾਕੀ ਥਣ ਚੱਲੇ ਜੀ ਸਾਹ ਆ ਜੀ। ਹਵਾਨਾ ਜਿਹੜਾ ਵੀਰ ਜੀ ਹੁਣੀ ਕਹਿੰਦੇ ਕਿ ਇਹ ਭਰੂਗੀ ਹੋਰ। 1 ਮਿੰਟ ਰੋਕ ਦਿਓ ਵੀਰ ਜੀ, ਮੂੰਹ ਦਿਖਾ ਦਿਓ, ਮੂੰਹ ਜਿਹੜਾ ਬੜਾ ਸੋਹਣਾ ਵਾ ਇਹਦਾ, ਦੇਖ ਸਕਦੇ ਫੇਸ ਕੁਆਲਿਟੀ। 1 ਮਿੰਟ ਰੋਕ ਦਿਓ, ਥਾਂ ਇੱਕ ਵਾਰੀ ਤੁਹਾਨੂੰ ਇੱਥੇ ਚੰਗੀ ਤਰ੍ਹਾਂ ਦਿਖਾ ਦਈਏ ਥਣਾਂ ਦਾ ਸਾਈਜ਼ ਜਿਹੜਾ ਤੁਸੀਂ ਦੇਖ ਸਕਦੇ ਜੀ। ਗਾਂ ਹਵਾਨਾ ਜਿਹੜਾ ਸੋਹਣਾ ਬਣਾਇਆ ਵਾ, ਅਤੇ ਪਛਾਣ ਵੀ ਹਵਾਨਾ ਜਿਹੜਾ ਭਰੂਗੀ। ਹਾਂਜੀ ਲੈ ਜਿਓ ਜੀ, ਜੇਰ ਹਜੇ ਜਿਹੜੀ ਪੈਣ ਵਾਲੀ ਆ। ਦੁੱਧ ਕਿੰਨਾ ਦੱਸਿਆ ਵੀਰ ਜੀ ਕਰ ਜੂਗੀ? ਦੁੱਧ ਵੀਰ ਜੀ ਇਹਨੇ 13-14 ਲੀਟਰ ਤਾਂ ਕਰੀ ਜੂਗੀ, 13 ਕੁ ਲੀਟਰ ਤਾਂ ਆਰਾਮ ਨਾਲ ਦੇ ਜਾਣਾ ਜੀ। ਠੀਕ ਹੈ, ਅਤੇ ਇਹਦਾ ਕੀ ਮੁੱਲ ਕਰਨਾ ਜੀ ਫਿਰ? ਇਹਦਾ ਮੁੱਲ ਲੈਣ ਦੇ ਨਾਲ 28,000 ਜੀ। 28,000? ਅੱਛਾ, ਤੇ ਉਹ 'ਚੋਂ ਮਾਨਤਨ ਕਰ ਦੋਗੇ? ਛੋਟ ਹੀ ਹੋਣੀ ਹੈ ਜਿੰਨੀ। ਅੱਛਾ, ਛੋਟ ਹੀ ਹੋਊਗੀ। ਠੀਕ ਹੈ ਜੀ, ਠੀਕ ਹੈ। 28,000 ਵੀਰ ਜੀ ਉਹਨਾਂ ਨੇ ਇਹਦਾ ਮੁੱਲ ਕੀਤਾ। ਹੁਣ ਤੀਸਰੇ ਨੰਬਰ 'ਤੇ ਇੱਕ ਹੋਰ ਬਹੁਤ ਸੋਹਣੀ ਇੱਕ ਬੈਟ ਤੁਹਾਨੂੰ ਦਿਖਾਉਣੀ ਹੈ, ਇਹ ਵੀ ਜਰਸੀ ਕਰੋਸ ਜਿਹੜੀ,
फेस बड़ा सोहना एदा प्यारा जिहा छोटा जी। तो हवाना जिहड़ा एदा तुसीं देख सकते जी, सोहना हवाना एदे कोल तैयार आ। किनवा सुआ सोई वीर जी? हवाना जिहड़ा जिहड़ी गल आपां नवीर जी उन्होंने हुणे दसी, वच्छी कड़ी आ जी इहदी, आ वच्छी जी इहदी देख सकदे जी। हवाना एक तुम इतना फिर तो दिखा दी, गाना हवाना जरा ज्यादा रखती है। हाँ जी वीर जी ला जाओ जी, एदा भी जरा मुल हम पुछते आप वीर जी उन्होंने तो की मुल करते। हाँ जी वीर जी फिर एदा मुल आप दस दिए जी, मुल 35,000 तगड़ी बाकी नालो। वीर जी किन्ना सुबह सोना जी? तीसरा सुबह सोना है। किन्ने के दिन खड़ती है? ਕਿੰਨੇ ਕੁ ਦਿਨ ਖੜਦੀ ਹੈ? ਇਹਨੇ ਵੀ ਜੀ 5-7 ਦਿਨ ਲੈ ਜਾਣੇ, ਹਫਤਾ ਨਹੀਂ ਖੜ ਸਕਦੀ। ਅੱਛਾ ਹਫਤੇ ਦੇ ਅੰਦਰ ਜਿਹੜਾ ਇਹ ਸੋਪੂਗੀ ਹੈ ਨਾ, ਤੇ ਕਿੰਨਾ ਕੁ ਦੁੱਧ ਕਰ ਜੂਗੀ? ਇਹ ਵੀ 15 ਤੋਂ ਪਲੱਸ ਹੀ ਦੁੱਧ ਦੇਊਗੀ। 15 ਤੋਂ ਪਲੱਸ ਕਰ ਜੂਗੀ, ਠੀਕ ਹੈ ਜੀ। ਲਿਆ ਵੀਰ ਜੀ ਲੈ ਜਾ ਤੋਰ। ਠੰਡੀ ਜੀ ਦੀ ਹੈ ਜਿੱਥੇ ਮਰਜ਼ੀ ਭਾ ਬੱਚਾ ਦੇ ਬਹਿ ਜੇ ਥੱਲੇ। ਅੱਛਾ ਜੀ, ਪਾਣੀ ਬਹੁਤ ਹੈ। ਹਵਾਨਾ ਜਿਹੜਾ ਅਜੇ ਭਰੂਗੀ, ਢਾਂਚਾ ਜਿਹੜਾ ਬਾਕੀਆਂ ਨਾਲ ਇਹਦਾ ਸਾਰਿਆਂ ਤੋਂ ਵੱਡਾ ਜੇ। ਹਵਾਨੇ ਜਿਹੜੇ ਨੇ ਢਿੱਲਾਂ ਕਾਫੀ, ਤੇ ਇਹਦਾ ਕੀ ਫਿਰ ਮੁੱਲ ਕਰਨਾ ਵੀਰ ਜੀ? ਇਹ ਵੀ ਜੀ 33,000 ਦੀ ਦੇ ਦਾਂਗੇ। 33 ਦੀ ਦੇ ਦੋਗੇ ਤੇ ਉਹ ਚੋਂ ਛੋਟ ਛਾਟ ਕਰ ਦੋਗੇ? ਹਾਂ ਜੀ ਛੋਟ ਛਾਟ ਉੱਤੇ ਸਾਰੇ ਛੋਟ ਸਾਰੀਆਂ ਚ ਹੋਊਗੀ। ਅੱਛਾ ਜੀ, ਮਾਨਤਨ ਸਾਰੀਆਂ ਚ ਹੋਊਗਾ ਵੀ ਜਿੱਦਾਂ ਕੋਈ ਦੂਰੋਂ ਆਉਂਦਾ ਵਾ ਮਾਸਾ ਵੱਧ ਥੋੜਾ ਜਿਹਾ ਮਾਨਤਨ ਕਰਨਾ ਪੈਂਦਾ। ਠੀਕ ਹੈ ਜੀ, ਜਿੱਦਾਂ ਲਾਗੋ ਕੋ ਆਵੇ ਤੇ ਉਸ ਹਾਂ ਮਾਨਤਨ ਕਰ ਦੋ। ਠੀਕ ਹੈ, ਤੇ ਦੁੱਧ 15 ਲੀਟਰ ਕਰ ਜੂਗੇ? 15 ਲੀਟਰ ਆਰਾਮ ਨਾਲ ਦੇਖੋ ਕਿੰਨੀ ਸਾਰਿਆਂ ਨੂੰ ਕੱਦ ਵਜਨ ਚ ਆਉਂਦਾ। ਹਾਂ ਜੀ ਹਾਂ ਜੀ ਹਾਂ ਜੀ, ਤੇ ਹੁਣ ਇੱਕ ਆ ਜਿਹੜੀ 5ਵੇਂ ਨੰਬਰ ਤੇ ਇੱਕ ਜਰਸੀ ਤੁਹਾਨੂੰ ਹੋਰ ਦਿਖਾਵਾਂਗੇ, ਕ੍ਰੋਸ ਪੰਚੀ ਆ ਇਹ ਵੀ। ਇਹ ਕਿੰਨਵਾਂ ਸੁਬਾ ਸੋਈ ਆ ਵੀਰ ਜੀ? ਇਹ ਵੀ ਜੀ ਦੂਸਰਾ ਸੁਬਾ ਸੋਈ ਜੀ। ਦੂਸਰਾ ਸੋਈ ਆ, ਤੇ ਮਗਰ ਕੀ ਆ ਗਿਆ ਇਹਦੇ? ਇਹਦੇ ਮਗਰ ਹੀ ਬੱਚੀ ਹੈ ਜੀ ਉਹ। ਮਗਰ? ਅੱਛਾ, ਮਗਰ ਇਹਦੇ ਬੱਚੀ ਆ, ਠੀਕ ਹੈ। ਜਿਹੜੀ ਉਹ ਬੱਚੇ ਬੱਜੇ ਉਹਨਾਂ 'ਚ ਬੱਚੀ ਹੈ ਨਾ, ਤੇ ਕਿੰਨੇ ਦਿਨ ਹੋ ਗਏ ਸੋਈ ਨੂੰ? ਇਹ ਵੀ ਵੀਰ ਜੀ ਕੱਲ੍ਹ ਦੀ ਸੋਈ ਹਲੇ। ਕੱਲ੍ਹ ਦੀ ਸੋਈ ਆ, ਬੋਲਾ ਹੀ ਆ ਇਹਦੇ ਕੋਲ ਵੀ? ਬੋਲਾ ਹੀ ਆ, ਨਾੜੂ ਵੀ ਨਾਲ ਹੀ ਆ ਬੱਚੇ ਦੇ। ਕਿੰਨਾ ਕੁ ਬੋਲਾ ਤਿਆਰ ਇਹਦੇ ਕੋਲ? ਇਹਦੇ 9 ਲੀਟਰ ਲਗਭਗ ਹੈਗਾ ਜੀ। ਅੱਛਾ ਜੀ, ਅਜੇ ਖਾਲੀ ਤਾਂ ਨਹੀਂ ਕੀਤੀ ਹੋਣੀ? ਨਹੀਂ, ਖਾਲੀ ਸਵੇਰੇ ਕਰਤੀ ਹੈ ਜੀ। ਸਵੇਰੇ ਕਰਤੀ? ਅੱਛਾ ਜੀ, ਤੇ ਫਿਰ ਕਿੰਨਾ ਕੁ ਦੁੱਧ ਇਹ ਕਰ ਜੂਗੀ? ਦੁੱਧ ਤੇ ਵੇਖੋ ਜੀ, ਦੁੱਧ ਤੇ ਬਾਕੀ ਫਿਰ ਗੱਲ ਉੱਥੇ ਹੀ ਆ ਜਾਂਦੀ ਸੇਵਾ ਤੇ। ਹਾਂਜੀ, ਬਾਕੀ ਦੁੱਧ ਘੱਟ ਤੋਂ ਘੱਟ 10,000 ਲੀਟਰ ਤੇ ਦਊਗੀ ਨਾ। ਅੱਛਾ, ਹਾਂਜੀ ਠੀਕ ਹੈ ਜੀ, ਠੀਕ ਹੈ। ਲਿਆਓ ਵੀਰ ਜੀ ਨਵੇਂ ਆਪਾਂ ਇੱਕ ਵਾਰੀ ਫੇਸ ਕੁਆਲਿਟੀ ਜਿਹੜੀ ਇਹਦੀ ਤੁਸੀਂ ਦੇਖ ਸਕਦੇ ਜੀ, ਛੋਟਾ ਜਿਹਾ ਮੂੰਹ ਤੇ ਨਿੱਕੇ ਨਿੱਕੇ ਜਿਹੇ ਕੰਨ। ਥਣ ਜਿਹੜਾ ਤੁਸੀਂ ਥਣਾਂ ਦਾ ਸਾਈਜ਼ ਜਿਹੜਾ ਦੇਖ ਸਕਦੇ ਜੀ। ਹਾਂਜੀ ਠੀਕ ਹੈ ਵੀਰ ਜੀ। ਹਾਂਜੀ ਤੋਰ ਕੇ ਵਿਖਾਈਏ ਜੀ ਇੱਕ ਵਾਰੀ ਨਾ ਫਿਰ। ਇਹਦੇ ਮਗਰ ਵੀ ਵੱਛੀ ਆ, ਉਹ ਵੱਛੀ ਜਿਹੜੀ ਪਰਲੀ। ਹਾਂਜੀ ਠੀਕ ਹੈ ਵੀਰ ਜੀ ਲਾਇਓ ਜੀ। ਦੋਸਤੋ ਕੱਦ ਕੋਈ ਬਹੁਤਾ ਵੱਡਾ ਨਹੀਂ ਆ ਅਤੇ ਬਹੁਤਾ ਛੋਟਾ ਵੀ ਨਹੀਂ ਆ, ਦਰਮਿਆਨਾ ਜਿਹਾ ਕੱਦ ਆ। ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਘਰ ਕੋਈ
रखिए वधिया दुध पीण वास्ते ते ओह वीरां वास्ते। उम्मीद करते हैं कि रेट भी जिहड़ा इहदा हौला ही होऊगा। की मुल करना वीर जी इहदा फिर? इहदा मुल भावें जिद्दां दे मर्जी करा लो जी। हांजी ਭਾਵੇਂ 30 ਕਰਾ ਲਓ ਭਾਵੇਂ 35 ਕਰਾ ਲਓ 25 ਕਰਾ ਲਓ। ਹਾਂਜੀ ਇਹ ਦੇ ਦਾਂਗੇ 20000 ਦੇ ਅੰਦਰ 1000 ਰੁਪਏ ਛੋਟ ਕਰ ਦਾਂਗੇ। 19000 ਦੀ ਦੇ ਦੋ ਤੇ 19000 ਦੀ ਫਿਰ ਤੁਸੀਂ ਦੇ ਦੇਣੀ ਆ। 19000 ਦੀ ਦੇ ਦਾਂਗੇ ਜੀ। ਠੀਕ ਹੈ ਜੀ। ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਚਾਹੋਗੇ ਜੀ? ਬਸ ਇਹੋ ਹੀ ਹੈ ਵੀਰ ਜੀ, ਜਿਹੜਾ ਵੀ ਭੈਣ ਭਰਾ ਆਉਂਦਾ ਵਾ ਆਪਣੀ ਤਸੱਲੀ ਕਰਕੇ ਖੜੇ। ਹਾਂਜੀ ਠੀਕ ਹੈ ਜੀ। ਬਾਅਦ ਚ ਸਾ ਗੱਲ ਜੀ, ਵਾ ਭੈ ਖੱਲਰ ਹੁੰਦੇ ਆ। ਠੀਕ ਹੈ। ਹਾਂਜੀ ਇਹਦੇ ਕਰਮ ਵਾਲੀਆਂ ਦੇਂਦੀਆਂ ਦੋ ਮੋਖਿਆ। ਹਾਂਜੀ ਤੇ ਬਾਕੀ ਇਹ ਵੀ ਬਾਅਦ ਚ ਜਦੋਂ ਡੰਗਰ ਕਈ ਆ ਸਫਰ ਦੇ ਨਾਲ ਜਾ ਕੇ ਦੂਜੇ ਥਾਂ ਤੇ ਕਈ ਆ ਡੰਗਰ ਬੁੱਝ ਜਾਂਦਾ ਜਾਂ ਉਲਟੀ ਹੋ ਜਾਂਦੀ ਆ। ਹਾਂਜੀ ਤੇ ਕਈ ਵੀਰ ਦੁਬਾਰੇ ਫੋਨ ਵਾਰ-ਵਾਰ ਕਰਕੇ ਆਉਂਦੇ ਆ। ਆਪਾਂ ਤੇ ਜੋ ਵਾਰ-ਵਾਰ ਤਸੱਲੀ ਕਰਨੇ ਵੀ ਤਸੱਲੀ ਕਰਕੇ ਖੜੋ, ਅਸੀਂ ਤਸੱਲੀ ਕਰਕੇ ਲੈਂਦੀ ਆ। ਹਾਂਜੀ ਤੁਸੀਂ ਵੀ ਆਪਣੀ ਤਸੱਲੀ ਕਰਕੇ ਖੜੋ। ਠੀਕ ਹੈ ਜੀ। ਤੇ ਬਾਕੀ ਵੀਰ ਜੀ ਤਸੱਲੀ ਕਰਨ ਦਾ ਫਰਜ਼ ਬਣਦਾ ਨਾ, ਜਦੋਂ ਇੱਕ ਵੀ ਨੋਟ ਪਾਟਾ ਨਿਕਲਾ ਤਾਂ ਅਸੀਂ ਕੱਢ ਕੇ ਬਾਹਰ ਰੱਖ ਦੇਣਾ। ਹਾਂਜੀ ਉਹਨਾਂ ਨੇ ਰਕਮ ਖਰਚਣੀ ਆ। ਹਾਂਜੀ ਆਪਣੀ ਤਸੱਲੀ ਕਰਕੇ ਖੜਨੀ ਜੀ। ਠੀਕ ਹੈ ਜੀ। ਹਾਂਜੀ ਬਾਕੀ ਉਹਦਾ ਥਾਂ ਭਾਂਡੇ ਦੀ ਸਾਡੀ ਫੁੱਲ ਗਾਰੰਟੀ ਸਾਰੇ ਮਾਲ ਦੀ। ਹਾਂਜੀ ਆਪਾਂ ਪਾਸ ਕਰਕੇ ਲੈਂਦੀਆਂ ਟੌਪ ਦੇ ਵਧੀਆ ਸੀ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆਹ ਜਿਹੜੇ ਪਸ਼ੂ ਵੀਰ ਜੀ ਉਹਨਾਂ ਨੇ 5 ਵਕਾਊ ਕੀਤੇ ਆ, ਅਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਆਵੇ ਇੱਥੇ ਤਸੱਲੀ ਕਰੇ, ਚੈੱਕ ਪਾਸ ਕਰੇ ਅਤੇ ਆਪਣਾ ਫਿਰ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।